ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਹੈਗਾ ਜੀ ਦਿਨ ਮੰਗਲਵਾਰ 12 ਮਾਰਚ, ਅਤੇ ਇੱਧਰ ਜੀ ਅੱਜ ਇੱਧਰ ਆਪਣਾ ਸੋਫਾ ਪਿਆ ਹੋਇਆ ਸੀ ਨਾ, ਅਤੇ ਆਹ ਦੇਖੋ ਜੀ ਇੱਧਰ ਸਾਰੀ ਦੀਵਾਰ ਫੁੱਲੀ ਪਈ ਹੈ ਸਾਰੀ। ਆਹ ਦੇਖੋ ਜੀ ਪਾਪੜੀ ਬਣ ਕੇ ਸਾਰਾ ਪੇਂਟ ਲੱਥੀ ਜਾ ਰਿਹਾ, ਅਤੇ ਬਸ ਮਾੜਾ ਜਿਹਾ ਹੱਥ ਲਾਉਣ ਦੀ ਦੇਰ। ਆਹ ਦੇਖੋ ਜੀ ਕਿੱਦਾਂ ਰੇਤ ਦੇ ਕਿੱਦਾਂ ਪਾਪੜੀਆਂ ਜੀ ਲੱਥ ਲੱਥ ਕੇ ਨੀਚੇ ਆ ਗਈਆਂ ਨੇ, ਅਤੇ ਫਿਰ ਮੈਂ ਜਿੰਨਾ ਝਾੜ ਸਕਦੀ ਸੀ ਨਾ ਸਾਰੇ ਕੰਨ ਤੋਂ ਝਾੜਤਾ, ਅਤੇ ਹੁਣ ਜੀ ਇੱਥੋਂ ਮੈਂ ਸਾਰਾ ਸਾਫ਼ ਕਰਤਾ। ਨਾਲ ਹੀ ਵਿੱਚ ਗੁਰਦੁਆਰੇ ਵਾਲੇ ਆ ਗਏ ਸੀ ਪਰਚੀ ਕੱਟਣ ਵਾਲੇ ਸੰਗਰਾਂਦ ਦੀ, ਫਿਰ ਪਰਚੀ ਕਟਾਈ ਹੈ। ਆਹ ਦੇਖੋ ਜੀ ਕਿੰਨੇ ਦੀਵਾਰ ਦੇ ਤੋਂ ਰੇਤ ਰੇਤ ਹੋਈ ਪਈ ਹੈ ਕਿੰਨੀ। ਆਹ ਦੇਖੋ ਪੇਂਟ ਦੀ ਪਾਪੜੀਆਂ ਜੀ ਹੋ ਗਈਆਂ, ਕਿੰਨਾ ਖਲਾਰਾ ਪੈ ਗਿਆ, ਅਤੇ ਹੁਣ ਫਿਰ ਜਿੰਨਾ ਮੈਂ ਝਾੜਨਾ ਸੀ ਝਾੜ ਦਿੱਤਾ। ਇਹ ਜਦੋਂ ਸੋਫਾ ਨਾਲ ਲੱਗਦਾ ਮਾੜਾ ਜਿਹਾ ਕੋਈ ਕੰਨ ਦੇ ਵਿੱਚ ਵੱਜਦੇ ਨੇ ਸਾਰਾ ਐਂ ਡਿੱਗਦਾ। ਬਹੁਤ ਪਰੇਸ਼ਾਨ ਹੋਈ ਪਈ ਹੈ, ਸਾਰੇ ਕਮਰਿਆਂ ਦੇ ਵਿੱਚ ਹੀ ਇਹ ਹਾਲ ਹੋਇਆ ਪਿਆ ਸਾਡੇ। ਅਤੇ ਹੁਣ ਜੀ ਮੈਂ ਸਾਰਾ ਇੱਥੇ ਝਾੜੂ ਝੂੜੂ ਲਾ ਕੇ ਨਾ ਸਾਰਾ ਇਕੱਠਾ ਕਰ ਦਿੱਤਾ ਜਿਹੜਾ ਵੀ ਸੀਗਾ, ਪਾਊਡਰ ਪਾਊਡਰ ਜਿਹਾ। ਦੇਖੋ ਜੀ ਰੇਤ ਰੂਤ ਜੀ ਕਿੰਨੀ ਨਿਕਲੀ ਹੈ, ਪੇਂਟ ਦੇ ਨਾਲ ਨਾਲ ਰੇਤ ਬਹੁਤ ਜ਼ਿਆਦਾ ਨਿਕਲੀ ਹੈ। ਉਹ ਸਾਰੀ ਮੈਂ ਗੇਟ ਕੋਲ ਇਕੱਠੀ ਕਰਤੀ ਹੈ, ਉਹਨੂੰ ਬਾਹਰ ਪਾ ਦਾਂਗੀ। ਆਹ ਦੇਖੋ ਇੱਧਰ ਪੂੜੀਆਂ ਕੋਲ ਵੀ ਬਹੁਤ ਜ਼ਿਆਦਾ ਲੱਥਦਾ, ਸਾਰੇ ਕਮਰੇ ਸਾਰੇ ਘਰ 'ਚ ਹੀ ਹਾਲ ਹੋਇਆ ਪਿਆ। ਅਤੇ ਹੁਣ ਸਾਰਾ ਮੈਂ ਝਾੜੂ ਝੂੜੂ ਲਾ ਦਿੱਤਾ ਅੰਦਰੋਂ, ਥੋੜ੍ਹੇ ਬਹੁਤੇ ਜਾਲੇ ਵੀ ਝਾੜਤੇ ਹੈ। ਅਤੇ ਹੁਣ ਜੀ ਆਪਾਂ ਕੋਠੇ 'ਤੇ ਆਏ ਹਾਂ। ਕੋਠੇ 'ਤੇ ਨਾ ਚਿੜੀਆਂ ਬੈਠੀਆਂ ਸੀ ਦਰੱਖਤ, ਅਤੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਦੋਂ ਫਿਰ ਉੱਡ ਜਾਂਦੀਆਂ ਸੀਗੀਆਂ, ਕਾਲੀ ਕਾਲੀ ਚਿੜੀਆਂ ਸੀ ਬਹੁਤ ਪਿਆਰੀਆਂ ਨਿੱਕੀ ਨਿੱਕੀਆਂ ਜੀ, ਹੈ ਨਾ। ਉਹ ਜੀ ਹੁਣ ਇੱਥੋਂ ਮੈਂ ਸਾਰਾ ਝਾੜੂ ਝੂੜੂ ਮਾਰ ਕੇ ਸਾਰਾ ਰੇਤ ਰੂਤ ਇਕੱਠੀ ਕਰਤੀ ਸੀ, ਅਤੇ ਹੁਣ ਆਪਾਂ ਪੈਪ ਲਾ ਕੇ ਨਾ ਤਾਂ ਸਾਰਾ ਚੰਗੀ ਤਰ੍ਹਾਂ ਧੋ ਦਾਂਗੇ। ਹੁਣ ਜੀ ਸਾਰੀ ਸਫਾਈ ਸਫੂਈ ਹੋ ਗਈ ਸੀ, ਨਹਾ ਕੇ ਵੀ ਆ ਗਈ ਹਾਂ ਮੈਂ, ਅਤੇ ਇੱਧਰ ਆਪਾਂ ਦੁਪਹਿਰ ਦੀ ਸਬਜ਼ੀ ਧੋ ਕੇ ਰੱਖਾਂਗੇ। ਆ ਛੋਟੀ ਬੈਂਗਣੀ ਲਿਆਂਦੀ ਹੋਈ ਸੀਗੀ, ਅਤੇ ਨਾਲ ਆਲੂ ਵੀ ਧੋ ਕੇ ਰੱਖ ਦਿੱਤੇ ਨੇ, ਸੁੱਕ ਜਾਣਗੀਆਂ। ਅਤੇ ਅੱਜ ਬਣਾਵਾਂਗੇ ਜੀ ਭਰਮੇ ਬੈਂਗਣੀ ਦੀ ਸਬਜ਼ੀ, ਭਰਮੇ ਬੈਂਗਣ ਜਿਹੜੇ ਤੈਨੂੰ ਇੱਥੇ ਬਾਹਰ ਮੇਜ਼ 'ਤੇ ਰੱਖ ਦਾਂਗੇ, ਹਵਾ ਚੱਲਦੀ ਵੀ ਇੱਥੇ ਪਾਣੀ ਜਿਹਾ ਸੁੱਕ ਜੂਗਾ। ਅਤੇ ਉੱਨੀ ਦੇਰ ਹੁਣ ਜਿਵੇਂ ਬਣਾਵਾਂਗੀ ਚਾਹ, ਨਹਾ ਕੇ ਆਈ ਹਾਂ, ਨਹਾਉਣ ਤੋਂ ਬਾਅਦ ਜ਼ਰੂਰ ਚਾਹ ਪੀਂਦੀ ਹਾਂ ਮੈਂ। ਅਤੇ ਉੱਧਰ ਲਾ ਗੈਸ ਚੱਲਦਾ ਨਹੀਂ ਪਿਆ ਸੀਗਾ, ਫਿਰ ਮੈਂ ਇੱਧਰ ਚਲਾ ਲਿਆ। ਲਓ ਜੀ ਆਪਣੀ ਭਰਮੀ ਬੈਂਗਣੀ ਦੀ ਸਬਜ਼ੀ ਆਪਾਂ
ਰੱਖ ਦਿੱਤੀ ਹੈ ਬਣਨ ਵਾਸਤੇ। ਮਸਾਲਾ ਮਸੂਲਾ ਭਰ ਕੇ ਅਤੇ ਆਲੂ ਕੱਟ ਕੇ ਪਾ ਕੇ ਆ, ਅਤੇ ਇਹਨੂੰ ਹੁਣ ਢੱਕ ਕੇ ਨਾ ਮੱਠੇ ਮੱਠੇ ਸੇਕ 'ਤੇ ਪਕਾ ਲਵਾਂਗੀ, ਵਿੱਚ ਵਿੱਚ ਚੈੱਕ ਕਰ ਲਵਾਂਗੀ। ਅਤੇ ਇੱਧਰ ਜੀ ਰਾਤ ਦੀ ਸਬਜ਼ੀ ਵਾਸਤੇ ਆਪਾਂ ਜੀ ਦਾਲ ਭਿਉਂ ਕੇ ਰੱਖੀ ਹੈ ਛੋਲਿਆਂ ਦੀ। ਅਤੇ ਇੱਧਰ ਕਿਚਨ ਦੇ ਜਿਹੜੇ ਸਾਰੇ ਕੰਮ ਸੀ ਮੈਂ ਕਰ ਲਏ, ਅਤੇ ਨਾਲ ਹੀ ਮੈਂ ਇੱਧਰ ਜੀ ਫੁਲਕੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਸਬਜ਼ੀ ਆਪਣੀ ਬਣ ਚੁੱਕੀ ਹੈ, ਖਾਵਾਂਗੇ ਹਲੇ ਠਹਿਰ ਕੇ, ਕਿਉਂਕਿ ਹਲੇ ਅਸੀਂ ਚਾਹ ਪੀਤੀ ਹੈ। ਅਤੇ ਸਬਜ਼ੀ 'ਚ ਜੀ ਹੁਣ ਮੈਂ ਹਰਾ ਧਨੀਆ ਪਾ ਲਵਾਂਗੀ ਥੋੜ੍ਹਾ ਜਿਹਾ। ਬਾਹਰ ਡੋਗੀ ਬੈਠਾ ਹੋਇਆ ਠੰਡੇ ਠੰਡੀ ਥੜੀ ਦੇ ਉੱਤੇ। ਹੁਣ ਗਰਮੀਆਂ ਵਾਲਾ ਮੌਸਮ ਆ ਗਿਆ ਨਾ, ਇੱਧਰ ਛਾਂ ਆਉਂਦੀ ਹੈ, ਫਿਰ ਇੱਧਰ ਡੋਗੀ ਬਹਿ ਜਾਂਦੇ ਨੇ ਥੜੀ ਕੋਲ ਨਾ ਆ ਕੇ ਵਿਚਾਰੇ। ਲਓ ਜੀ ਰੋਟੀ ਰੋਟੀ ਬਣਾ ਕੇ ਅਸੀਂ ਆ ਗਏ ਹਾਂ ਕੋਠ 'ਤੇ, ਅਤੇ ਠੰਡੀ ਠੰਡੀ ਹਵਾ ਚੱਲਦੀ ਪਈ ਹੈ, ਅਤੇ ਮੈਂ ਥੋੜ੍ਹੀ ਜਿਹੀ ਸੈਰ ਕਰਦੀ ਪਈ ਹਾਂ। ਅਤੇ ਛਾਂ 'ਚ ਅਸੀਂ ਮੰਜਾ ਕੀਤਾ ਹੋਇਆ, ਉੱਥੇ ਬਹਿ ਕੇ ਥੋੜ੍ਹੀ ਬਹੁਤੀ ਵੀਡੀਓ ਚਲਾ ਰਹੇ ਸੀ ਅਸੀਂ। ਆਹ ਦੇਖੋ ਜੀ ਲਾਲ ਲਾਲ ਫਲਾਵਰ ਕਿੰਨੇ ਵਧੀਆ ਲੱਗਦੇ ਪਏ ਨੇ ਸਾਹਮਣੇ ਪਲਾਂਟ 'ਚ, ਅਤੇ ਨਾਲ ਉੱਪਰ ਮੈਂ ਬੂਟਿਆਂ ਦੇ ਵਿੱਚ ਪਾਣੀ ਪੂਣੀ ਵੀ ਪਾਇਆ ਆ ਕੇ, ਹੁਣ ਬੂਟੇ ਵੀ ਸੁੱਕੇ ਪਏ ਸੀਗੇ। ਹੁਣ ਡੇਲੀ ਪਾਣੀ ਪਾਉਣਾ ਪੈਂਦਾ ਬੂਟਿਆਂ ਦੇ ਵਿੱਚ, ਧੁੱਪ ਬਹੁਤ ਜ਼ਿਆਦਾ ਲੱਗਦੀ ਹੈ ਨਾ। ਲਓ ਜੀ ਹੁਣ ਆਪਾਂ ਨੀਚੇ ਆ ਗਏ ਸੀ ਸੈਰ ਸੂਰ ਕਰਕੇ, 2:30 ਵੱਜ ਗਿਆ, ਰੋਟੀ ਆਪਣੀ ਬਣੀ ਪਈ ਸੀਗੀ, ਬਾਚੀ ਆਪਾਂ ਹੁਣ ਪਲੇਟਾਂ ਦੇ ਵਿੱਚ ਪਾ ਲਈਏ, ਰਾਇਤਾ ਵੀ ਆਪਣਾ ਕੱਲ੍ਹ ਦਾ ਪਿਆ ਹੋਇਆ ਸੀ ਨਾਲ, ਉਹ ਵੀ ਲੈ ਲਿਆ ਠੰਡਾ ਠੰਡਾ, ਅਤੇ ਆਲੂ ਬੈਂਗਣੀ ਦੀ ਸਬਜ਼ੀ ਪਰਮੇ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ।